ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਦੇ ਵਿੱਚ ਦੇਸ਼ ਦਾ ਪਹਿਲਾ ਅਨਾਜ ਏਟੀਐਮ ਲਾਂਚ ਕੀਤਾ ਗਿਆ। ਇਹ ਜਨਤਕ ਵੰਡ ਪ੍ਰਣਾਲੀ ਦੇ ਲਾਭਪਾਤਰੀਆਂ ਨੂੰ 24 ਘੰਟੇ ਅਨਾਜ ਪ੍ਰਦਾਨ ਕਰੇਗਾ। ਉੜੀਸਾ ਦੇ ਖੁਰਾਕ ਮੰਤਰੀ ਕ੍ਰਿਸ਼ਨ ਚੰਦਰ ਪਾਤਰਾ ਨੇ ਭਾਰਤ ਦੇ ਵਿੱਚ ਵਿਸ਼ਵ ਭੋਜਨ ਵੰਡ ਸਮਾਗਮ ਦੇ ਡਿਪਟੀ ਕੰਟਰੀ ਡਾਇਰੈਕਟਰ ਨਜ਼ੋਮੀ ਹਾਸ਼ੋਮੋਟੋ ਦੀ ਮੌਜੂਦਗੀ ਦੇ ਵਿੱਚ 8 ਅਗਸਤ ਨੂੰ ਅੰਨਪੂਰਤੀ ਏਟੀਐਮ ਦੀ ਸ਼ੁਰੂਆਤ ਕੀਤੀ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਹ ਮਸ਼ੀਨ 5 ਮਿੰਟ ਦੇ ਵਿੱਚ 50 ਕਿਲੋ ਅਨਾਜ ਵੰਡ ਸਕਦੀ ਹੈ ਅਤੇ ਜਲਦ ਹੀ ਉੜੀਸਾ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਅਜਿਹੇ ਏਟੀਐਮ ਸ਼ੁਰੂ ਕੀਤੇ ਜਾਣਗੇ। ਮੰਤਰੀ ਪਾਤਰਾ ਨੇ ਕਿਹਾ ਕਿ ਅਨਾਜ ਏਟੀਐਮ ਤੋਂ ਅਨਾਜ ਲੈਣ ਦੀ ਪ੍ਰਕਿਰਿਆ ਨੇ ਬਹੁਤ ਹੀ ਆਸਾਨ ਬਣਾ ਦਿੱਤਾ ਗਿਆ ਹੈ, ਕਿਉਂਕਿ ਕੋਈ ਵੀ ਰਾਸ਼ਨ ਕਾਰਡ ਧਾਰਕ ਆਪਣਾ ਆਧਾਰ ਕਾਰਡ ਜਾਂ ਰਾਸ਼ਨ ਕਾਰਡ ਦਾ ਨੰਬਰ ਦਰਜ ਕਰਕੇ ਬਾਇਓਮੈਟ੍ਰਿਕ ਪ੍ਰਮਾਣਿਕਤਾ ਤੋਂ ਬਾਅਦ ਅਨਾਜ ਲੈ ਸਕਦਾ ਹੈ। ਏਟੀਐਮ 24 ਘੰਟੇ ਚੌਲ ਅਤੇ ਕਣਕ ਦੀ ਵੰਡ ਕਰੇਗਾ। ਅੰਨਪੂਰਤੀ 5 ਮਿੰਟਾਂ ਦੇ ਵਿੱਚ 50 ਕਿਲੋਗ੍ਰਾਮ ਤੱਕ ਅਨਾਜ ਵੰਡ ਸਕਦੀ ਹੈ ਅਤੇ ਜਿਸ ਦੇ ਵਿੱਚ 0.01% ਗਲਤੀ ਦੀ ਗੁੰਜਾਇਸ਼ ਹੈ। ਮਸ਼ੀਨ ਦਾ ਮੋਡਿਊਲ ਡਿਜ਼ਾਈਨ ਅਸੈਂਬਲੀ ਨੂੰ ਆਸਾਨ ਬਣਾਉਂਦਾ ਹੈ ਤੇ ਬਿਜਲੀ ਨਾਲ ਚੱਲਣ ਵਾਲਾ ਇਹ ਏਟੀਐਮ ਹਰ ਘੰਟੇ ਦੇ ਵਿੱਚ ਸਿਰਫ 0.6 ਵਾਟ ਦੀ ਜਿਹੜੀ ਖਪਤ ਹੈ ਉਹ ਕਰਦਾ ਹੈ। ਇਸ ਨੂੰ ਸੋਲਰ ਪੈਨਲ ਦੇ ਨਾਲ ਵੀ ਜੋੜਿਆ ਜਾ ਸਕਦਾ ਹੈ। 2021 ਦੇ ਵਿੱਚ ਉੜੀਸਾ ਸਰਕਾਰ ਨੇ ਵਰਲਡ ਫੂਡ ਪ੍ਰੋਗਰਾਮ ਦੇ ਨਾਲ ਕੁਝ ਸਾਂਝੇਦਾਰੀ ਸਮਝੌਤਿਆਂ ਦੇ ਹਸਤਾਖਰ ਕੀਤੇ ਸਨ। ਇਸ ਦੇ ਵਿੱਚ ਝੋਨੇ ਦੀ ਖਰੀਦ, ਅਨਾਜ ਦੀ ਵੰਡ ਪ੍ਰਣਾਲੀ, ਅਨਾਜ ਦੇ ਏਟੀਐਮ ਅਤੇ ਸਮਾਰਟ ਮੋਬਾਈਲ ਸਟੋਰੇਜ ਸ਼ਾਮਲ ਹੈ।